ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਗਿਆ। ਪੰਚਾਇਤੀ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, 20 ਅਕਤੂਬਰ ਤੱਕ ਚੋਣਾਂ ਕਰਵਾਈਆਂ ਜਾਣਗੀਆਂ। ਸਭ ਪੰਚਾਇਤੀ ਚੋਣਾਂ ਨੂੰ ਲੈ ਕੇ ਇਹ ਵੱਡੀ ਖਬਰ ਹੈ, ਕਿਉਂਕਿ ਲਗਾਤਾਰ ਇਸ ਗੱਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿ ਕਦੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ। ਪੰਚਾਇਤ ਚੋਣ ਦਾ ਜਿਹੜਾ ਐਕਟ ਹੈ, ਉਸ ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਸੋਧ ਵੀ ਕੀਤੀ ਗਈ, ਉਸ ਨੂੰ ਲੈ ਕੇ ਬਿੱਲ ਲਿਆਂਦਾ ਗਿਆ। ਉਸ ਬਿੱਲ ਨੂੰ ਜੋ ਕਿ ਗਵਰਨਰ ਵੱਲੋਂ ਮਨਜ਼ੂਰੀ ਵੀ ਦੇ ਦਿੱਤੀ ਗਈ ਆ, ਉਸ ਬਿੱਲ ਦੇ ਮੁਤਾਬਿਕ, ਕਿਉਂਕਿ ਹੁਣ ਕੋਈ ਵੀ ਉਮੀਦਵਾਰ ਜਿਹੜਾ ਕਿ ਪਾਰਟੀ ਸਿੰਬਲ 'ਤੇ ਚੋਣ ਨਹੀਂ ਲੜ ਸਕੇਗਾ, ਜਦੋਂ ਉਸ ਬਿੱਲ ਨੂੰ ਮਨਜ਼ੂਰੀ ਮਿਲੀ ਆ, ਉਸ ਦੇ ਵਿੱਚ ਸੋਧ ਹੋਈ ਹੈ, ਤਾਂ ਇਸ ਦੇ ਵਿਚਾਲੇ ਹੁਣ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ। ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ 20 ਅਕਤੂਬਰ ਤੱਕ ਇਹ ਚੋਣਾਂ ਕਰਵਾਈਆਂ ਜਾਣਗੀਆਂ, ਇਸ ਗੱਲ ਦਾ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ। ਤਾਂ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ, ਪੰਚਾਇਤੀ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਹੋ ਗਿਆ। ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਬਕਾਇਦਾ ਜਾਰੀ ਕੀਤਾ ਗਿਆ ਅਤੇ 20 ਅਕਤੂਬਰ ਤੱਕ ਚੋਣਾਂ ਕਰਵਾਈਆਂ ਜਾਣਗੀਆਂ। ਅਗਲੇ ਮਹੀਨੇ ਜਿਹੜੀਆਂ ਕਿ ਚੋਣਾਂ ਦਾ ਕੰਮ ਹੋਵੇਗਾ, 20 ਅਕਤੂਬਰ ਤੱਕ ਚੋਣਾਂ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ, ਪਿਛਲੇ ਦਿਨੀ ਦਰਅਸਲ ਜੋ ਕਿ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਹੋਇਆ, ਉਸ ਦੇ ਵਿਚਾਲੇ ਜਿਹੜਾ ਕਿ ਬਿੱਲ ਲਿਆਂਦਾ ਗਿਆ ਸੀਗਾ, ਪੰਚਾਇਤੀ ਸੋਧ ਐਕਟ ਵਿੱਚ ਜਿਹੜੀ ਸੋਧ ਕੀਤੀ ਗਈ, ਉਸ ਤੋਂ ਬਾਅਦ 'ਚ ਉਸ ਬਿੱਲ ਨੂੰ ਗਵਰਨਰ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ। ਉਹ ਰਾਹ ਬਿਲਕੁਲ ਸਾਫ਼ ਹੋਇਆ ਕਿ ਹੁਣ ਕੋਈ ਵੀ ਉਮੀਦਵਾਰ ਕਿਉਂਕਿ ਪਾਰਟੀ ਸੰਭਲ 'ਤੇ ਚੋਣ ਨਹੀਂ ਲੜ ਸਕੇਗਾ, ਤਾਂ ਇਸ ਦੇ ਵਿਚਾਲੇ ਹੁਣ ਚੋਣਾਂ ਨੂੰ ਲੈ ਕੇ ਬਕਾਇਦਾ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ। ਇਸੇ ਖਬਰ 'ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜ ਚੁੱਕੇ ਨੇ। ਵਿਨੇਸ਼, ਲਗਾਤਾਰ ਆਖਿਰਕਾਰ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਅਤੇ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਖਤਮ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਪੰਚਾਇਤੀ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਹੋ ਗਿਆ, ਕੀ ਕੋਈ ਜਾਣਕਾਰੀ? ਬਿਲਕੁਲ ਪਰਮਿੰਦਰ, ਦੇਖੋ ਜਿਹੜਾ ਪੰਚਾਇਤੀ ਚੋਣਾਂ ਕੁਛ ਦਿਨ ਪਹਿਲਾਂ ਹੀ ਜਿਹੜੀਆਂ ਪੰਚਾਇਤਾਂ ਜਿਹੜੀਆਂ ਭੰਗ ਦਿੱਤੀਆਂ ਗਈਆਂ ਸੀਗੀਆਂ, ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਡਿਸੋਲਵ ਕੀਤਾ ਗਿਆ ਸੀਗਾ ਅਤੇ ਐਕਸਪੈਕਟ ਕੀਤਾ ਜਾ ਰਿਹਾ ਸੀਗਾ ਕਿ ਹੁਣ ਪੰਚਾਇਤਾਂ ਡਿਸੋਲਵ ਹੋ ਗਈਆਂ ਤਾਂ ਕਦੇ ਵੀ ਨੋਟੀਫਿਕੇਸ਼ਨ ਜਾਰੀ ਹੋ ਸਕਦਾ। ਉਸੇ ਕੜੀ ਦੇ ਤਹਿਤ ਜਿਹੜਾ ਗਵਰਨਮੈਂਟ ਆਫ ਪੰਜਾਬ ਦਾ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਵਿਭਾਗ ਹੈ, ਯਾਨੀ ਕਿ ਪੇਂਡੂ ਵਿਕਾਸ ਅਤੇ ਪੰਚਾਇਤੀ ਡਿਪਾਰਟਮੈਂਟ, ਉਹਨਾਂ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ। ਉਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਕਿ ਜਿਹੜੀ ਮੈਂ ਵਰਡਿੰਗ ਦੀ ਗੱਲ ਕਰਾਂ ਤਾਂ ਉਹ ਮੈਂਸ਼ਨ ਹੈ ਕਿ ਦ ਗਵਰਨਰ ਆਫ ਪੰਜਾਬ ਇਜ਼ ਪਲੀਜ਼ ਟੂ ਡਾਇਰੈਕਟ ਦੈਟ ਦਾ ਜਨਰਲ ਇਲੈਕਸ਼ਨ ਆਫ ਦਾ ਮੈਂਬਰਸ ਆਫ ਦਾ ਗ੍ਰਾਮ ਪੰਚਾਇਤ ਸ਼ੈਲ ਬੀ ਹੈਲਡ ਬਾਏ ਦਾ 20th October, ਯਾਨੀ ਕਿ ਜਿਹੜੀ ਗ੍ਰਾਮ ਪੰਚਾਇਤ ਦੇ ਮੈਂਬਰ ਦੀ ਹੋਣ ਵਾਲੀ ਚੋਣ ਹੈ ਉਹ 20 ਅਕਤੂਬਰ ਤੱਕ ਕਰਾ ਲਈ ਜਾਵੇ। ਪਰਮਿੰਦਰ, ਅੱਜ 19 ਤਰੀਕ ਨਿਕਲ ਚੁੱਕੀ ਹੈ, ਕੱਲ 20 ਤਰੀਕ ਹੈ ਤੇ 20 ਅਕਤੂਬਰ, ਯਾਨੀ ਕਿ ਪੂਰੇ ਮਹੀਨੇ ਦਾ ਟਾਈਮ ਬਚਿਆ। ਇਸ ਮਹੀਨੇ ਦੇ ਵਿੱਚ ਜਿਹੜੀਆਂ ਪੰਜਾਬ ਸਰਕਾਰ ਦੇ ਰੂਰਲ ਡਿਵੈਲਪਮੈਂਟ ਅਤੇ ਪੰਚਾਇਤੀ ਵਿਭਾਗ ਵੱਲੋਂ ਚੋਣਾਂ ਕਰਵਾਉਣੀਆਂ ਜ਼ਰੂਰੀ ਹੋ ਜਾਣਗੀਆਂ, ਕਿਉਂਕਿ ਹੁਣ ਉਸਦਾ ਨੋਟੀਫਿਕੇਸ਼ਨ ਬਕਾਇਦਾ ਜਾਰੀ ਹੋ ਚੁੱਕਿਆ ਅਤੇ ਯਾਨੀ ਕਿ ਸਿਰਫ 1 ਮਹੀਨਾ ਦਾ ਟਾਈਮ ਬਚਿਆ ਅਤੇ ਮੰਨਿਆ ਜਾ ਰਿਹਾ ਕਿ ਆਉਣ ਵਾਲੇ ਕੁਛ ਦਿਨਾਂ ਵਿੱਚ ਜਿਹੜੀ ਇਹਦੀ ਸਪੈਸੀਫਿਕ ਡੇਟ ਹੈ ਉਹ ਡਿਕਲੇਅਰ ਕਰ ਦਿੱਤੀ ਜਾਊਗੀ ਅਤੇ ਨਾਲ ਦੀ ਨਾਲ ਹੀ ਜਦੋਂ ਉਹ ਡੇਟ ਡਿਕਲੇਅਰ ਹੋ ਜਾਂਦੀ ਹੈ ਫਿਰ ਨਾਲ ਦੀ ਨਾਲ ਚੋਣ ਜ਼ਾਬਤਾ ਜਿਹਨੂੰ ਕਿ ਕੋਡ ਆਫ ਕੰਡਕਟ ਕਹਿੰਦੇ ਹਾਂ ਉਹ ਵੀ ਲਾਗੂ ਹੋ ਜਾਂਦਾ ਹੈ। ਯਾਨੀ ਕਿ ਜੇ ਆਪਾਂ ਓਵਰਆਲ ਗੱਲ ਕਰੀਏ ਪਰਮਿੰਦਰ, ਤਾਂ 20 ਅਕਤੂਬਰ ਤੱਕ ਪੰਜਾਬ ਵਿੱਚ ਜਿਹੜੀਆਂ ਹੈ ਨਵੀਆਂ ਪੰਚਾਇਤਾਂ ਦਾ ਗਠਨ ਹੋ ਜਾਊਗਾ, ਸਿਰਫ 1 ਮਹੀਨੇ ਦਾ ਟਾਈਮ ਬਚਿਆ ਜੇ ਕੱਲ੍ਹ ਦੀ ਤਰੀਕ ਤੋਂ ਆਪਾਂ ਕਾਊਂਟ ਕਰਨਾ ਸ਼ੁਰੂ ਕਰੀਏ ਤਾਂ। ਜੀ ਪਰਮਿੰਦਰ, ਠੀਕ ਹੈ ਵਿਨੇਸ਼, ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ। ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਗਿਆ, ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਨੋਟੀਫਿਕੇਸ਼ਨ ਜਾਰੀ ਕੀਤਾ, 20 ਅਕਤੂਬਰ ਤੱਕ ਚੋਣਾਂ ਕਰਵਾਈਆਂ ਜਾਣਗੀਆਂ, ਯਾਨੀ ਕਿ ਸਿਰਫ 1 ਮਹੀਨਾ ਬਾਕੀ ਬਚਿਆ। 1 ਮਹੀਨੇ ਦੇ ਵਿੱਚ ਜਿਹੜੀਆਂ ਕਿ ਚੋਣਾਂ ਹੋਣਗੀਆਂ, 20 ਅਕਤੂਬਰ ਤੋਂ ਪਹਿਲਾਂ ਜਿਹੜੀਆਂ ਚੋਣਾਂ ਹੋਣਗੀਆਂ ਅਤੇ ਉਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਬਕਾਇਦਾ ਜਿਹੜੀਆਂ ਕਿ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ ਕਦੋਂ ਜਿਹੜੀ ਕਿ ਇਸ ਨੂੰ ਲੈ ਕੇ ਚੋਣ ਹੋਵੇਗੀ। ਪਰ ਇਸ ਨੋਟੀਫਿਕੇਸ਼ਨ ਦੇ ਵਿੱਚ ਇਸ ਗੱਲ ਦਾ ਸਾਫ਼ ਜ਼ਿਕਰ ਕੀਤਾ ਗਿਆ ਕਿ 20 ਅਕਤੂਬਰ ਤੱਕ ਚੋਣਾਂ ਕਰਵਾਈਆਂ ਜਾਣਗੀਆਂ। ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ।